ਹਾਂਜੀ ਮੇਰੇ ਪਿਆਰੇ ਵੀਰੋ, ਮੈਂ ਤੁਹਾਡਾ ਵੀਰ ਸ਼ਿਲਪ ਕਲਾਕਾਰ ਗੁਰਮੀਤ ਸਿੰਘ ਰਾਠੀ, ਜੋ ਕਿ ਤੁਸੀਂ ਵੀਰ ਦੀ ਕਲਾ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੋ। ਤੁਸੀਂ ਵੇਖ ਰਹੇ ਹੋ ਸਾਡੇ ਪੰਜਾਬ ਦੇ ਵਿੱਚੋਂ ਅੱਜ ਬਲਦ ਗੱਡੇ ਨਾਮੋ ਨਿਸ਼ਾਨ ਮਿਟ ਚੁੱਕਿਆ ਇਸ ਵਿਰਸੇ ਦਾ। ਸਾਡੇ ਪਿੰਡਾਂ ਦੇ ਵਿੱਚੋਂ ਕੋਈ ਪਿੰਡ ਹੋਵੇ ਪੰਜਾਬ ਦਾ ਸ਼ਾਇਦ ਜਿਸ ਦੇ ਵਿੱਚ ਕੋਈ ਬਲਦ ਗੱਡਾ ਅੱਜ ਚੱਲਦਾ ਹੋਵੇ। ਅੱਜ ਤੋਂ 50-60 ਸਾਲ ਪਹਿਲਾਂ ਸਾਡੇ ਬਜ਼ੁਰਗ ਇਸ ਨਾਲ ਖੇਤੀ ਕਰਿਆ ਕਰਦੇ ਸੀ। ਖੇਤੀ ਦਾ ਬਹੁਤ ਵੱਡਾ ਇੱਕ ਪੁਰਾਣਾ ਸਾਧਨ ਸੀ, ਜਿਸ ਦੇ ਨਾਲ ਅਸੀਂ ਸਾਰਾ ਲਾਂਘਾ ਸਾਡੇ ਫਸਲਾਂ ਨੂੰ ਢੋਆ ਢੁਆਈ ਕਰਿਆ ਕਰਦੇ ਸਾਡੇ। ਜਿਵੇਂ ਅੱਜ ਆਪਣੇ ਕੋਲ ਟਰੈਕਟਰ ਨੇ, ਇਸੇ ਤਰ੍ਹਾਂ ਇਹ ਬਲਦ ਗੱਡੇ ਸਾਡੇ ਪਿੰਡਾਂ ਦੇ ਵਿੱਚ ਆਮ ਹੋਇਆ ਕਰਦੇ ਸੀ। ਅੱਜ ਵਾਂਗੂ ਨਹੀਂ ਸੀ ਕਿ ਇੱਕ ਘਰ ਦੇ ਵਿੱਚ ਚਾਰ ਚਾਰ ਟਰੈਕਟਰ ਹੋਇਆ ਕਰਦੇ ਸੀਗੇ। ਜਿਸ ਕੋਲ ਬਲਦ ਗੱਡਾ ਹੋਇਆ ਕਰਦਾ ਸੀ ਉਸ ਕਿਸਾਨ ਨੂੰ ਪੂਰਾ ਵੱਡਾ ਮੰਨਿਆ ਜਾਂਦਾ ਸੀ। ਤੁਹਾਡੇ ਵੀਰ ਨੇ ਬਲਦ ਗੱਡਾ ਕੇਵਲ ਕਰਦ ਅਤੇ ਚੱਪਲ ਤੋਂ ਤਿਆਰ ਕੀਤਾ, ਦੋਨਾਂ ਬਲਦਾਂ ਦੇ ਨੱਥਾਂ ਮਾਰ ਕੇ ਰੱਸਾ ਫੜਾ ਕੇ ਬੰਦੇ ਨੇ ਇੱਕ ਹੱਥ ਦੇ ਵਿੱਚ ਡੰਡਾ। ਦੇਖੋ ਤੁਸੀਂ, ਤੁਹਾਡੇ ਵੀਰ ਨੇ ਕਿੰਨੀ ਮਿਹਨਤ ਨਾਲ ਇਹ ਬਲਦ ਗੱਡਾ ਬਣਾਇਆ ਹੋਊ। ਤੁਹਾਡੇ ਵੀਰ ਦੀ ਕਲਾ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਵੱਖਰੀ ਹੈ, ਸਭ ਤੋਂ ਇੱਕ ਆ। ਵੀਰੋ, ਮੇਰੀ ਕਲਾ ਨੂੰ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ। ਮੈਂ ਤੁਹਾਡਾ ਆਪਣਾ ਰਾਠੀ ਵੀਰ ਜੀ, ਮੈਂ ਤੁਹਾਡਾ ਆਪਣਾ ਰਾਠੀ।